ਕੀ ਤੁਸੀਂ ਪੋਸਟਕਾਰਡ ਵਿੱਚੋਂ ਤੁਰ ਕੇ ਨਿਕਲ ਸਕਦੇ ਹੋ? ਭਾਵੇਂ ਇਹ ਨਾਮੁਮਕਿਨ ਲੱਗਦਾ ਹੈ ਪਰ ਅਸਲ ਵਿੱਚ ਇਹ ਸੱਚ ਹੈ। ਇੱਕ ਕਾਰਡ ਲਵੋ ਅਤੇ ਮੱਧ ਰੇਖਾ ਤੇ ਇਸ ਨੂੰ ਮੋੜੋ। ਦਿਖਾਈ ਅਨੁਸਾਰ ਇਸ ਤੇ ਲਾਈਨਾਂ ਲਗਾਓ। ਨੀਲੀਆਂ ਲਾਈਨਾਂ ਮੁੜੇ ਹੋਏ ਕੋਨੇ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਹਰੀਆਂ ਲਾਈਨਾਂ ਦੋਹਰੇ ਕੋਨੇ ਤੋਂ ਦੂਸਰੇ ਕੋਨੇ ਤੋਂ 1 ਸੈਂਟੀਮੀਟਰ ਪਹਿਲਾਂ ਲਾਈਨਾਂ ਖਤਮ ਹੋ ਜਾਣਗੀਆਂ। ਸਭ ਤੋਂ ਪਹਿਲਾਂ ਮੁੜੇ ਹੋਏ ਕੋਨੇ ਦੀਆਂ ਸਾਰੀਆਂ ਨੀਲੀਆਂ ਲਾਈਨਾਂ ਕੱਟ ਲਵੋ। ਡਬਲ ਐਜ ਤੋਂ ਹਰੀਆਂ ਲਾਈਨਾਂ ਕੱਟ ਲਵੋ। ਹੁਣ ਕੱਟੇ ਹੋਏ ਕਾਰਡ ਨੂੰ ਦੋਨੋਂ ਹਿੱਸੇ ਤੋਂ ਖਿੱਚੋ ਅਤੇ ਕੱਟਿਆ ਹੋਇਆ ਕਾਰਡ ਖਿੱਚੇ ਹੋਏ ਸਪ੍ਰਿੰਗ ਵਾਂਗ ਬਣ ਜਾਵੇਗਾ। ਇਹ ਕਾਰਡ ਖੋਲੋ ਅਤੇ ਉਸ ਨੂੰ ਖਿੱਚੋ ਤੇ ਉਸ ਵਿੱਚ ਡਾਇਮੰਡ ਦੇ ਪੈਟਰਨ ਦਿਖਾਈ ਦੇਣਗੇ। ਦੋ ਕੋਨਿਆਂ ਤੇ ਹਰੀ ਟੇਪ ਲਗਾਓ ਅਤੇ ਜਿੱਥੋਂ ਟੇਪ ਲਗਾਈ ਹੋਵੇ ਉਸ ਦੇ ਮੱਧ ਵਿੱਚ ਕੱਟ ਦਿਓ। ਹੁਣ ਕਾਰਡ ਸ਼ੀਟ ਇੱਕ ਲੰਬੀ ਜੁੜੀ ਹੋਈ ਜੰਜੀਰ ਬਣ ਜਾਵੇਗੀ। ਤੁਸੀਂ ਆਰਾਮ ਨਾਲ ਹਾਰ ਨੂੰ ਖੋਲੋ। ਉਹ ਇੰਨਾ ਵੱਡਾ ਹਾਰ ਹੋਵੇਗਾ ਕਿ ਤੁਹਾਡਾ ਸਾਰਾ ਸਰੀਰ ਇਸ ਵਿੱਚੋਂ ਲੰਘ ਸਕੇਗਾ।